ਅੱਜ ਦੇ ਹੀ ਦਿਨ 1969 ਚ ਨਾਸਾ ਨੇ ਅਮਰੀਕਾ ਦੇ ਪਹਿਲੇ ਐਸਟ੍ਰੋਨੋਟਸ ਸਕੌਟ ਕਾਰਪੇਂਟਰ, ਐਲ ਗੋਰਡਨ ਕੂਪਰ, ਜੌਨ ਐਚਲੇਨ, ਵਰਜਿਸ ਗਸ ਗਰੀਸੋਮ, ਵੋਲਟਰ ਸੀਜ਼ਰਾ, ਐਲਨ ਸ਼ੇਪਰਡ ਅਤੇ ਡੋਨਾਲਡ ਸੇਲੇਟੋਨ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਇਹਨਾਂ ਐਸਟ੍ਰੋਨੋਟਸ ਨੇ ਅਮਰੀਕਾ ਦੇ ਪਹਿਲੇ ਮਨੁੱਖੀ ਪੁਲਾੜ ਪ੍ਰੋਗਰਾਮ ਪ੍ਰੋਜੈਕਟ ਮਰਕਰੀ 'ਚ ਹਿੱਸਾ ਲਿਆ। ਅੱਜ ਦੇ ਹੀ ਦਿਨ 1965 ਚ ਵਿਸ਼ਵ 'ਚ ਪਹਿਲੀ ਵਾਰ ਬੇਸਬਾਲ ਦੀ ਇਨਡੋਰ ਖੇਡਾਂ USA 'ਚ ਹੋਈਆਂ ਸਨ। ਇਸ ਖੇਡ ਦਾ ਪਹਿਲਾ ਉਦਘਾਟਨ USA ਦੇ ਐਸਟ੍ਰੋਡੋਮ ਸਟੇਡੀਅਮ 'ਚ ਹੋਇਆ ਅਤੇ ਇਸ ਦਾ ਪਹਿਲਾ ਮੈਚ ਨਿਊਯਾਰਕ ਜੈਂਕੀਸ ਅਤੇ ਹਾਊਸਟਨ ਐਸਟ੍ਰੋਸ ਵਿਚਾਲੇ ਖੇਡਿਆ ਗਿਆ। ਇਸੇ ਹੀ ਦਿਨ 1975 'ਚ ਫਿਲੀਪਾਈਨ ਬਾਸਕਟਬਾਲ ਐਸੋਸੀਏਸ਼ਨ ਨੇ ਪਹਿਲੀ ਬਾਸਕਟਬਾਲ ਗੇਮ ਖੇਡੀ। ਇਹ ਖੇਡ ਸਮਾਰਟ ਐਨੇਟਾ ਕੋਲੀਸੀਅਮ ਸਟੇਡੀਅਮ 'ਚ ਖੇਡੀ ਗਈ ਸੀ। ਇਸ ਦਿਨ 1999 'ਚ ਰੂਸ ਦੀਆਂ ਫੌਜਾਂ ਨੇ ਜਿਓਰਜੀਆ ਦੇ ਤਬਿਲਿਸੀ ਸ਼ਹਿਰ 'ਚ ਸੋਵੀਅਤ ਰਾਜ ਦੇ ਖਿਲਾਫ਼ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ, ਜਿਸ 'ਚ 20 ਜਿਓਰਜੀਅਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।